ਦੇਖੋ ਦੋ ਗੱਲਾਂ ਨੇ ਜੀ ਇਹਦੇ। ਪਹਿਲਾਂ ਗੱਲ ਤਾਂ ਕੱਲ ਜਿਹੜਾ ਕਾਂਗਰਸ ਦੇ ਪੱਪੂ ਨੇ ਟਰੈਕਟਰ ਚਲਾਇਆ, ਚਲੋ ਤੁਸੀਂ ਟਰੈਕਟਰ ਚਲਾਓ ਭਾਵੇਂ ਬੈਲ ਗੱਡੀ ਚਲਾਓ ਜੋ ਮਰਜ਼ੀ ਕਰੋ, ਮਗਰ ਤੁਸੀਂ ਉਸ ਦਿਨ ਗੈਰ ਹਾਜ਼ਰ ਕਿਉਂ ਸੀ? ਜਿੱਦਣ ਇਹ ਬਿੱਲ ਪਾਸ ਹੋਣੇ ਸੀ ਉਸ ਦਿਨ ਕਾਂਗਰਸ ਦੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਕਿਉਂ ਭੱਜੇ ਦੇਸ਼ ਛੱਡ ਕੇ? ਔਰ ਇਹਨਾਂ ਨੇ ਆਪਣੇ MPਾਂ ਨੂੰ ਵਿਪ ਕਿਉਂ ਨਹੀਂ ਜਾਰੀ ਕੀਤੀ ਉਸ ਦਿਨ ਕਿ ਤੁਸੀਂ ਇਹਦਾ ਵਿਰੋਧ ਕਰਨਾ ਇਹ ਵਾਕਆਊਟ ਕਰਕੇ? ਔਰ ਉਹੀ ਕੰਮ ਰਾਜ੍ਯ ਸਭਾ 'ਚ ਹੋਇਆ। UPA ਕਾਂਗਰਸ ਲੈਡ ਅਲਾਇੰਸ ਦੀ ਗਿਣਤੀ NDA ਨਾਲੋਂ ਉਸ ਦਿਨ ਵੱਧ ਸੀ। ਬਿੱਲ ਸਿਰਫ ਇਸ ਲਈ ਪਾਸ ਹੋਏ ਰਾਜ੍ਯ ਸਭਾ 'ਚ ਕਿਉਂਕਿ ਕਈ ਕਾਂਗਰਸੀ ਗੈਰ ਹਾਜ਼ਰ ਹੋ ਗਏ ਉਸ ਦਿਨ। ਰਾਹੁਲ ਗਾਂਧੀ ਸੋਨੀਆ ਗਾਂਧੀ ਨੇ ਵਿਪ ਜਾਰੀ ਕਿਉਂ ਨਾ ਕੀਤਾ? ਅੱਜ ਤੁਸੀਂ ਟਰੈਕਟਰ ਚਲਾ ਲਓ ਜੋ ਮਰਜ਼ੀ ਕਰ ਲਓ, ਲੋਕੀ ਇਤਨਾ ਮੂਰਖ ਨਹੀਂ ਬਣਾਏ ਜਾਣੇ। ਔਰ ਦੂਜੀ ਗੱਲ, ਜੋ ਤੋਮਰ ਸਾਹਿਬ ਦੀ ਜਾਂ ਇਸ ਤੋਂ ਪਹਿਲਾਂ ਬੀਬੀ ਲੇਖੀ ਦੀ ਜੋ ਬਿਆਨਬਾਜ਼ੀ ਆ ਰਹੀ ਹੈ ਕਿਸਾਨਾਂ ਪ੍ਰਤੀ, ਦੇਸ਼ ਦੇ ਅੰਨਦਾਤਾ ਪ੍ਰਤੀ, ਉਹ ਬਹੁਤ ਹੀ ਨਿੰਦਣਯੋਗ ਹੈ। ਔਰ ਭਾਜਪਾ ਦੀ ਮਾਨਸਿਕਤਾ ਇਸ ਗੱਲ ਤੋਂ ਬਾਹਰ ਨਿਕਲ ਕੇ ਆਉਂਦੀ ਹੈ ਕਿ ਇੱਕ ਪਾਸੇ ਗੱਲ ਕਰਦੇ ਆ ਅਤੇ ਦੂਜੇ ਪਾਸੇ ਜਦ ਗੱਲ ਇਹਨਾਂ ਨੂੰ ਮੁਕਾਈ ਨਹੀਂ ਜਾਂਦੀ ਫਿਰ ਇਹਨਾਂ ਨੂੰ ਕਦੇ ਵਿਚੋਲੀਆ, ਕਦੇ ਅੱਤਵਾਦੀ, ਕਦੇ ਖਾਲਿਸਤਾਨੀ, ਕਦੇ ਕੁਛ ਕਦੇ ਕੁਛ। ਇਹੋ ਜਿਹਾ ਕੰਮ ਇਹਨਾਂ ਨੂੰ ਨਾ ਕਰਦੇ ਹੋਏ ਕਾਲੇ ਕਾਨੂੰਨ ਰੱਦ ਕਰਨੇ ਚਾਹੀਦੇ। ਠੀਕ ਹੈ ਜੀ। ਦੇਖੋ ਮੈਨੂੰ ਪਹਿਲਾਂ ਤਾਂ ਇਸ ਮਸਲੇ ਦੀ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਲੰਬਾ ਸਮਾਂ ਲੜਾਈ ਲੜੀ ਸੀ ਔਰ ਸਾਰੇ ਪਰਿਵਾਰਾਂ ਨੂੰ ਨੌਕਰੀ ਮਿਲਣੀ ਚਾਹੀਦੀ, ਚਲੋ ਕੁਛ ਨੂੰ ਮਿਲੀ। ਇਹ ਮੈਂ ਸਮਝਦਾ ਕਿ ਸਾਡੇ ਵਰਕਰਾਂ ਦੀ ਜਿਹੜੇ ਉਸ ਹਲਕੇ 'ਚ ਜਿਨ੍ਹਾਂ ਨੇ ਪੈਰਵਾਈ ਕੀਤੀ ਆ ਇਹ ਉਹਨਾਂ ਦੀ ਇੱਕ ਕਿਸਮ ਦੀ ਉਹਨਾਂ ਦੀ ਸੁਣਵਾਈ ਹੋਈ ਹੈ, ਮਗਰ ਅਫਸੋਸ ਇਸ ਗੱਲ ਦਾ ਕਿ ਜਿਹੜਾ ਉਸ ਵੇਲੇ ਹੁਣ ਪਤਾ ਨਹੀਂ ਠੋਕੋ ਤਾਲੀ ਕਹੀਏ ਕਿ ਠੁੱਕ ਸਿੱਟਣ ਵਾਲਾ ਪ੍ਰਧਾਨ ਕਹੀਏ, ਉਹਨੇ ਕਿਹਾ ਸੀ ਕਿ ਮੈਂ ਇਹਨਾਂ ਨੂੰ ਗੋਦ ਲਊਂ ਬੱਚਿਆਂ ਨੂੰ। ਕਿੰਨਿਆਂ ਨੂੰ ਗੋਦ ਲਿਆ ਜੀ? ਇੱਕ ਨੂੰ ਨਹੀਂ। ਮੈਂ ਇਹਨਾਂ ਦੀ ਸਾਰੀ ਐਜੂਕੇਸ਼ਨ ਦੇ ਪੈਸੇ ਦਊਂ। ਕਿੰਨਿਆਂ ਨੂੰ ਦਿੱਤਾ ਜੀ? ਇੱਕ ਨੂੰ ਨਹੀਂ। ਜਿਹੜੇ ਦੇਖੋ ਕਿਸੇ ਦੀ ਸਾਰੀ ਜ਼ਿੰਦਗੀ ਜਿਨ੍ਹਾਂ ਦੀ ਕਮਾਉਣ ਵਾਲਾ ਇਨਸਾਨ ਉਹਨਾਂ ਦੇ ਪਰਿਵਾਰ ਦਾ ਚਲੇ ਜਾਵੇ, ਮੌਕੇ ਦੀ ਨਜ਼ਾਕਤ ਦਾ ਫਾਇਦਾ ਉਠਾਓ। ਉਹ ਤਾਂ ਵੈਸੇ ਤਸਵੀਰ ਉਹਦੇ ਨਹੀਂ ਸਪਸ਼ਟ ਹੋ ਗਈ ਜਦੋਂ ਇਹਨਾਂ ਨੇ ਦੇਖੋ ਤੂੰ ਇਕੱਲੀ ਘਰ ਘਰ ਨੌਕਰੀ ਦੀ ਨਹੀਂ ਨਿਕਲੀ, ਸਰਕਾਰ ਦੀ ਆਪਦੀ ਵੀ ਨਿਕਲੀ। ਔਰ ਜੋ ਗੱਲਾਂ ਅਸੀਂ ਕਹਿੰਦੇ ਸੀ ਅੱਜ ਉਹੀ ਗੱਲਾਂ ਅਖਬਾਰਾਂ 'ਚ ਵੀ ਆ ਰਹੀਆਂ ਅਤੇ ਸਾਡੇ ਤਾਂ ਕਹਿਣ ਦੀ ਗੱਲ ਦੀ ਲੋੜ ਰਹਿ ਨਹੀਂ ਗਈ। ਹੁਣ ਕਾਂਗਰਸੀ ਆਪ ਵੀ ਕਹਿਣ ਲੱਗ ਪਏ, ਬੇਰੁਜ਼ਗਾਰੀ, ਘਰ ਘਰ ਨੌਕਰੀ ਦਾ ਝੂਠਾ ਲਾਰਾ, ਖਜ਼ਾਨਾ ਖਾਲੀ ਦਾ ਝੂਠਾ ਲਾਰਾ, ਮੁਲਾਜ਼ਮਾਂ ਨੂੰ ਕੱਚੇ ਤੋਂ ਪੱਕੇ ਕਰਨਾ, ਪੇ ਕਮਿਸ਼ਨ, ਸੈਂਟਰਲ ਪੇ ਕਮਿਸ਼ਨ ਹਟਾਉਣਾ, ਕਿਸਾਨੀ ਕਰਜ਼ਾ ਮਾਫੀ, ਬਿਜਲੀ ਦੇ ਰੇਟ ਘੱਟ ਘਟਾਉਣੇ, 5 ਰੁਪਏ ਤੇ ਬੱਤੀ ਦੇਣੀ, SC ਭਾਈਚਾਰੇ ਦੇ ਵੈਲਫੇਅਰ ਦੀਆਂ ਸਕੀਮਾਂ, ਇਹ ਸਾਰੀ ਵਾਅਦੇ ਦੇ ਵਾਅਦੇ ਰਹਿ ਗਏ, ਅਮਲੀ ਜਾਮਾ ਕਿਸੇ ਚੀਜ਼ ਨੂੰ ਨਹੀਂ ਪੜਾਇਆ। ਔਰ ਕਾਂਗਰਸ ਪਾਰਟੀ ਇਹ ਸਮਝਦੀ ਹੈ ਕਿ ਇੱਕ ਜੋਕਿੰਗ ਪ੍ਰੈਜੀਡੈਂਟ ਲਾ ਕੇ ਅਤੇ 4 ਵਰਕਿੰਗ ਪ੍ਰੈਜੀਡੈਂਟ ਲਾ ਕੇ ਲੋਕਾਂ ਦਾ ਮੂਰਖ ਬਣਾ ਦਿਆਂਗੇ, ਉਤਨਾ ਮੂਰਖ ਨਹੀਂ ਬਣਨਾ ਲੋਕਾਂ ਨੇ। ਲੋਕ ਸਿੱਧੇ ਸਾਧੇ ਜ਼ਰੂਰ ਆ ਮਗਰ ਸਮਝਦਾਰ ਵੀ ਨਾਲ ਬੜੇ ਆ। ਉਹੀ ਚੋਰਾਂ ਦੀ ਬਰਾਤ ਅੱਜ ਨਵੇਂ ਪ੍ਰਧਾਨ ਦੇ ਇਰਦ ਗਿਰਦ ਘੁੰਮਦੀਆਂ ਨੇ। 2.5 ਸਾਲ ਇਹ ਵੀ ਪ੍ਰਧਾਨ ਉਸੇ ਕੈਬਨਿਟ ਦੇ ਵਜ਼ੀਰ ਰਹੇ ਆ। ਉਹੀ ਮਾਈਨਿੰਗ ਮਾਫੀਆ, ਉਹ ਸ਼ਰਾਬ ਮਾਫੀਆ, ਉਹ ਹਰ ਕਿਸਮ ਦਾ ਜਿਹੜਾ ਕੰਮ ਉਲਟ ਪੁਲਟ ਚੱਲਦਾ, ਦਰਸ਼ਨ ਬਰਾੜ ਦਾ ਤਾਂ ਆਈ ਗਿਆ, 1.5 ਕਰੋੜ ਰੁਪਈਆ 2020 ਦਾ ਜੁਰਮਾਨਾ ਹੋਇਆ ਸੀ
ਔਰ ਕੀ ਕਰਦਾ ਸੀ ਉੱਥੇ ਐਮ ਐਲ ਏ ਦੀ ਮੀਟਿੰਗ, ਕਹਿੰਦਾ ਇੱਧਰ ਹਿਲਾਓ ਹੱਥ, ਤੇ ਕਹਿੰਦਾ ਲੋਕਾਂ ਨੇ ਮਗਰ ਲੱਗ ਜਾਣਾ, ਲੋਕ ਐਡੇ ਮੂਰਖ, ਹੱਥ ਉਹਨੇ ਤਾਂ ਕੀ ਲਾਉਣਾ ਸੀ, ਹੁਣ ਤੇਰੇ ਹੱਥ ਨਹੀਂ ਹਿਲਨੇ ਜੋ ਤਰੀਕੇ ਨਾਲ ਜਦ ਤੱਕ 2-2.5 ਕਰੋੜ ਦੀ ਵਸੂਲੀ ਨਹੀਂ ਹੋਊਗਾ। ਤੁਸੀਂ ਵੇਖੋ ਉਹਨਾਂ ਗੱਲਾਂ ਦੀ ਪੁਸ਼ਟੀ ਕਿ ਆਮ ਤੌਰ 'ਤੇ ਫੋਰੈਸਟ ਏਰੀਏ 'ਤੇ ਜਾ ਕੇ ਤੁਹਾਡੇ 'ਚੋਂ ਇੱਕ ਇੱਟ ਰੱਖ ਕੇ ਵਿਖਾਵੇ ਤੁਹਾਡੇ 'ਤੇ ਪਰਚਾ ਹੋ ਜੂਗਾ। ਉਹਨੇ ਘੱਟੋ ਘੱਟ 4 ਸਾਲ ਇੱਕ ਕ੍ਰਸ਼ਰ ਚਲਾ ਛੱਡਿਆ ਪੀ ਐਲ ਪੀ ਏ 'ਚ, ਔਰ ਜਿੱਥੇ ਮਾਈਨਿੰਗ ਦਾ ਇੱਕ ਪੀਸ ਔਫ ਲੈਂਡ ਮਾਈਨਿੰਗ ਦੀ ਅਲਾਊਡ ਨਹੀਂ ਉੱਥੇ ਮਾਈਨਿੰਗ ਕਰ ਛੱਡੀ। ਇਸ ਲਈ ਇਹ ਤਾਂ ਕ੍ਰਿਮੀਨਲ ਐਕਟ ਹੈ। ਔਰ ਇਸੇ ਤਰ੍ਹਾਂ ਮਾਈਨਿੰਗ ਦੇ ਉੱਤੇ ਜਾਂ ਹੋਰ ਮੁੱਦਿਆਂ ਉੱਤੇ ਮੈਂ ਬੜੇ ਵਿਸਤਾਰ ਨਾਲ ਕਿਸੇ ਦਿਨ ਤੁਹਾਨੂੰ ਸਾਰੇ ਆਂਕੜਿਆਂ ਸਮੇਤ ਦੱਸੂੰਗਾ, ਮਗਰ ਅਸਲੀਅਤ ਸਾਹਮਣੇ ਆ ਗਈ ਆ ਬਾਹਰ ਕਿ ਮਸਲਾ ਤਾਂ ਸਿਰਫ ਆਪ ਦੀ ਕੁਰਸੀ ਦਾ ਸੀ। ਅੱਜ ਭਾਵੇਂ ਨਵਜੋਤ ਇਨਸਾ ਸੌਦੇ ਸਾਧ ਦਾ ਵੱਡਾ ਚੇਲਾ, ਆਸਾ ਰਾਮ ਦਾ ਭਗਤ, ਭਾਵੇਂ ਪੱਪੂ ਰਾਹੁਲ ਗਾਂਧੀ ਨੇ ਲਾਤਾ, ਮਗਰ ਕਾਂਗਰਸ ਤਾਂ ਹਾਲੇ ਵੀ ਮੁੰਨੀ ਨਾਲੋਂ ਵੱਧ ਬਦਨਾਮ ਹੈ। ਇਹ ਸਾਰੀਆਂ ਚੀਜ਼ਾਂ ਪਬਲਿਕ ਡੋਮੇਨ 'ਚ ਲੋਕਾਂ ਤੱਕ ਜਾਣਗੀਆਂ ਕਿ ਇਸ ਤਰ੍ਹਾਂ ਲੋਕ ਮੂਰਖ ਨਹੀਂ ਬਣਾਏ। ਦੇਖੋ ਕਾਰਵਾਈ ਇੱਕ ਦੇ ਖਿਲਾਫ਼ ਕਿਉਂ ਮੰਗਦੇ ਆ, ਜਿਹਨੇ ਜਿਹਨੇ ਗਲਤ ਕੰਮ ਕੀਤਾ ਅੱਜ ਦੂਜੇ ਦੀ ਵੀ ਆਈ ਖੜੀ ਆ। ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ਨੂੰ ਕਿੰਨੀ ਵਾਰੀ ਉਠਾਇਆ, 150 ਕਰੋੜ ਦਾ ਚੂਨਾ, 125 ਕਰੋੜ ਲਿਖਿਆ, ਮਗਰ ਜੇ ਉਸ 'ਤੇ ਅਸਲੀ ਜਾ ਕੇ ਉਹਦੀ ਇਨਕੁਆਇਰੀ ਹੋਵੇ ਤੇ ਟੋਟਲ ਜੇ ਖਜ਼ਾਨੇ ਨੂੰ ਚੂਨੇ ਦੀ ਗੱਲ ਹੈ ਉਹ 400 ਕਰੋੜ ਰੁਪਏ ਦਾ ਇੱਕ ਮਹਿਕਮੇ ਦੀ ਆ ਜਿਹੜੀ ਜੇ ਸੀ ਟੀ ਇਲੈਕਟ੍ਰੋਨਿਕਸ ਹੈ। ਮੈਮੋਰੈਂਡਮ ਆਫ ਅੰਡਰਸਟੈਂਡਿੰਗ ਉਹ 'ਚ ਬੜੇ ਸਪਸ਼ਟ ਇਹ ਗੱਲ ਕਰਦੀ ਹੈ ਕਿ ਜਦੋਂ ਵੀ ਇਹ ਮਿੱਲ ਵਿਕੂਗੀ ਉਹਦਾ 150-200 ਕਰੋੜ ਤਾਂ ਇਕੱਲਾ ਮਹਿਕਮੇ ਨੂੰ ਆਉਣਾ, ਮਗਰ ਫਿਰ ਜੇ ਤੁਸੀਂ ਜ਼ਮੀਨ ਵੇਚੋਗੇ, ਜੇ ਨਾਲ ਦੀ ਜ਼ਮੀਨ ਉੱਥੇ ਊਡਾ ਆਪਸ਼ਨ ਕਰ ਰਹੀ ਹੈ 30,000 ਅਤੇ ਇਹ 5,000 ਤੇ ਕਿਉਂ ਦੇ ਰਹੇ, ਔਰ ਕਿਉਂ ਨਹੀਂ ਉਹ ਪੈਸੇ ਜਮ੍ਹਾਂ ਕਰਾਏ ਗਏ। ਏਡੀ ਵੱਡੀ ਧਾਂਦਲੀ, ਉਹਦੀ ਵੀ ਮੈਂ ਤੁਹਾਨੂੰ ਫੁੱਲ ਇੱਕ ਪ੍ਰੋਪਰ ਤਰੀਕੇ ਨਾਲ ਉਹਦੀ ਬਰੀਫਿੰਗ ਦੇਵਾਂਗੇ। ਬਹੁਤ ਵੱਡੀ ਵੱਡੀ ਧਾਂਦਲੀ, ਇੱਕ ਇੱਕ ਵਜ਼ੀਰ ਦੀ ਨਿਕਲੀ ਨਹੀਂ। ਘੱਟੋ ਘੱਟ ਮਾਈਨਿੰਗ ਮਾਫੀਆ ਜਿਹੜਾ ਅੱਜ ਕਹਿੰਦੇ ਨਵੇਂ ਪ੍ਰਧਾਨ ਦਾ ਦਫ਼ਤਰ ਵੀ ਚਲਾਊਗਾ, ਸਭ ਕੁਛ ਕਰੂਗਾ, ਅੱਜ ਉਹ ਸਾਰੇ ਪਵਿੱਤਰ ਹੋ ਗਏ ਜਦੋਂ ਇੱਧਰ ਚੜ ਗਏ, ਅੱਜ ਉਹ ਮੁੱਦੇ ਕਿੱਧਰ ਗਏ। ਇਸ ਲਈ ਇਸ ਤਰ੍ਹਾਂ ਲੋਕਾਂ ਦਾ ਮੂਰਖ ਨਹੀਂ ਬਣਾਇਆ ਜਾ ਸਕਦਾ। ਉਹ ਜਿਹੜੇ ਸ਼ਰਾਬ ਨਾਲ 250 ਮੌਤਾਂ ਹੋਈਆਂ ਸਨ, ਅੱਜ ਜੇ ਇੱਧਰ ਆ ਕੇ ਖਲੋਗੇ ਤੇ ਉਹ ਸ਼ਰਾਬ ਮਾਫੀਆ, ਹੁਣ ਇਹਨਾਂ 'ਤੇ ਮਿਹਰ ਹੋ ਗਈ ਇਹਨਾਂ ਦੀ, ਸੌਦੇ ਸਾਧ ਦੇ ਚੇਲੇ ਜੀ ਨਵਜੋਤ ਇਨਸਾ ਦੀ ਉੱਤੇ ਆਸ਼ੀਰਵਾਦ ਹੋ ਗਿਆ। ਇਸ ਤਰ੍ਹਾਂ ਗੱਡੀ ਚੱਲਣੀ ਵੀ ਦੇਖੋ, ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਲੜਾਈ ਸਿਰਫ ਕੁਰਸੀ ਦੀ ਸੀ, ਮੁੱਦਿਆਂ ਦੀ ਨਹੀਂ ਸੀ, ਕਿਉਂਕਿ ਉਹ ਲੋਕ ਜਿਹੜੇ ਜਿਹਨੂੰ ਕਹਿੰਦੇ ਚੋਰਾਂ ਦੀ ਬਰਾਤ, ਉਹ ਤਾਂ ਸਾਰੀ ਹੁਣ ਇੱਧਰ ਮਗਰ ਖਲੋਤੀ ਹੈ, ਹੁਣੇ ਠੀਕ ਹੋ ਗਏ ਸਾਰੇ। ਜਿਹੜੇ ਭੱਜ ਭੱਜ ਗੱਡੀਆਂ ਚਲਾ ਰਹੇ ਆ, ਜਿਹੜੇ ਡਰਾਮਾ ਕਰ ਰਹੇ, ਕੰਮ ਤਾਂ ਸਾਰਾ 4-4.5 ਸਾਲ ਉਹਨਾਂ ਨੇ ਗਾਹ ਪਾ ਛੱਡਿਆ। ਦੇਖੋ ਤੁਸੀਂ ਅੱਜ ਮੁੱਖ ਮੰਤਰੀ ਤਾਂ ਜ਼ਿੰਮੇਵਾਰ ਹੈ ਹੀ, ਮਗਰ ਜਿਹੜੇ ਉਹਦੇ ਨਾਲ 18 ਕੈਬਨਿਟ ਦਾ ਵਜ਼ੀਰ ਸਨ ਜਾਂ ਜਿਹੜੇ 70-75-80 ਐੱਮ ਐੱਲ ਏ ਸੀ, ਜਿਹੜੇ ਕੱਲ੍ਹ ਤੱਕ ਕਹਿੰਦੇ ਸੀ ਕਿ ਸਾਡਾ ਕੈਪਟਨ ਪੰਜਾਬ ਦਾ ਇੱਕੋ ਕੈਪਟਨ, ਅੱਜ ਜੇ ਉਹ ਇੱਧਰ ਆ ਗਏ ਤਾਂ ਕੀ ਉਹਨਾਂ ਦੇ ਕਾਰਨਾਮਿਆਂ ਦੇ ਪਰਦੇ ਪੈ ਜਾਣਗੇ? ਇਸ ਲਈ ਇਹ ਸਾਰੇ ਮੁੱਦੇ ਐਜ਼ ਇਟ ਇਜ਼ ਸਟੈਂਡ ਕਰ ਰਹੇ ਆ, ਔਰ ਸਿਰਫ ਇਹ ਫਰਕ ਪੈ ਗਿਆ ਕਿ ਹੁਣ ਸਰਪ੍ਰਸਤੀ ਪੱਪੂ ਦੀ, ਰਾਹੁਲ ਗਾਂਧੀ ਦੀ ਤੇ ਉਹਨਾਂ ਦੇ ਬਣਾਏ ਇੱਕ ਜੋਕਿੰਗ ਪ੍ਰੈਜ਼ੀਡੈਂਟ ਤੇ 4 ਵਰਕਿੰਗ ਪ੍ਰੈਜ਼ੀਡੈਂਟ ਵੀ ਹੁਣ ਉਹਨਾਂ ਨੂੰ ਸਰਪ੍ਰਸਤੀ ਦੇਣ। ਤਪਨ ਨੂੰ ਗੱਡੀ ਚੋਂ ਕੱਢ ਕੇ ਲਿਆ ਕੇ ਸਵਾਲ ਸੁਣ ਲਏ, ਦੇਖੋ ਸੱਚੀ ਗੱਲਾਂ ਨੇ ਚੰਗੀਆਂ ਨੇ, ਬੜਾ ਕੁਛ ਆਊਗਾ। ਪਹਿਲਾਂ ਤਾਂ ਪ੍ਰਧਾਨ ਕਰਕੇ ਗੱਲ ਦੱਬ ਕੇ ਰੱਖਦੇ ਸੀ, ਹੁਣ ਫਾਰਗ ਨੇ ਉਸ ਡਿਊਟੀ ਤੋਂ। ਸਰ ਨਵਜੋਤ ਸਿੰਘ ਸਿੱਧੂ ਮੀਡੀਆ ਤੋਂ ਕੰਮ ਕਰਦੇ ਆ, ਦੂਰੀ ਬਣਾ ਕੇ ਰੱਖਦੇ, ਕੱਲ੍ਹ ਮੀਟਿੰਗ ਸੀ ਚੰਡੀਗੜ੍ਹ, ਤੁਹਾਨੂੰ ਇੱਕ ਦਾ ਜਵਾਬ ਨਹੀਂ ਦੇਣਾ ਉਹਨੇ, ਮੈਂ ਤੈਨੂੰ ਅੱਜ ਦੱਸ ਦੇ, ਕਿਉਂਕਿ ਤੁਹਾਡੇ ਸਵਾਲ ਹੋਣੇ ਸਿੱਧਰੇ ਪੱਧਰੇ ਤੇ ਉਹਨਾਂ ਦਾ ਜਵਾਬ ਹੈ ਕੋਈ।
मैनु लगता तुसी जिंदगी च इहो जिहा प्रधान नहीं वेखिया होणा की करदे किवें थुक लाउंदा सी मैं लगता तुसी इहो जिहा सीन सच्ची दस दो चलो दिल ते हथ रख के तुसी इहो जिहा सीन आपकी जिंदगी च किते वेख्या आपां दा नहीं मैं कहना अमरीका फेलो जिथे मर्जी फेलो वो धन ना चाखण जिहड़ा थुक नाल भरता फिर भी हले हौसले नाल बैठे मतलब इधरला भी जद आया करू ना इधर वाला थोड़ा MLA इनू भी नवा तो आके फिर कहीं पहू इधर आवी एक पास तो आप कहने मूह ढक ढक के रखो करोना ओना हो जाए वो छरिया भी तो चुकी जाता पता नहीं की करे नहीं तो वधेगी वध की काम तो मुक रौला तो वधने ही वधने सच सामने आऊ मगर हुण जिहड़ा लुकाउंदे सी ना क्लीन चिट्टा मतलब कारवाई होनी चाहिए सी कईयां ने जिन्हां ते पर्दे पै गए यार एक महकमे का वजीर इंडस्ट्री का मिनिस्टर 400 करोड़ खुर्त बुर्त कर जे कि उते कारवाई नहीं बन माइनिंग माफिया का 1000 करोड़ खुर्त बुर्त हो गया कि कारवाई नहीं बनती शराब माफिया की कैबिनेट च रौला पै जाए मगर बाहर आके वो तो खुर्त बुर्त करता जाए इसे तरह आ जिहड़ा MLA है जिहड़ा कहिंदा सी हुण इधर छिक्का वजू और दर्शन बराड हुण की हुण दस्से किस तरह वजू देखो किसे नूं तुसी कोई देखो सधारण बंदा इत्थे फॉरेस्ट लैंड च कोई चीज़ बना के विखावे उहने फॉरेस्ट लैंड च प्रैशर भी लाया जिस दिन असी रेड कीती उस दिन किवें भज्जे उत्थों सारे राह च वेखो बदमाशी के इस लैवल की की कि राह पुटते पंचायती राह और उस 2020 का सरकारी महकमे ने 1.5 करोड़ का उत्ते पाया होया पेनल्टी वो नहीं अज तक दिती बल्कि उत्तों क्रैशर चलाई गया वो पेनल्टी नूं हुण करते करते क्रिमिनल परचे क्यों नहीं दर्ज हो रहे हाँ जी हाँ पर परचे साढ़े ते देते हुण सानू तां कोई नहीं साढ़े तां 100 दे दिया मगर असलीयत तां सामने आ गई हो गए ना इसलिए भरा ले हौली हौली देख अगे हुंदा की देखो की होर की चीज है इन्होंने ए गुरु नूं भी तां कुछ रखना ओ गुरु तां नवा एक होर गुरु सौदा साध जिदे अगे फोटो तो वेखी होनी तुसी इस तरह हाथ जोड़ी खड़ा सी उहदे अगे आशीर्वाद लैंदा इसलिए नवजोत 3 साल आया इन्होंने जोकिंग प्रेजिडेंट बाकी लाया वर्किंग प्रेजिडेंट इन्होंने तो लल्लियां टप्पियां मारी जानियां।